ਸਾਰੀ ਉਹ ਬੀਜੇਪੀ ਇਕੱਠੀ ਹੋ ਕੇ ਇਹਨਾਂ ਦੇ ਹੱਕ ਚ ਕਿਉਂ ਖੜੀ ਆ? ਬਈ ਖੜਨਾ ਹੈ ਉਹ ਤਾਂ ਕਿਤੇ ਹੁਣ ਦੀ ਖੜੀ ਹੈ, ਤਾਂ ਬਹੁਤ ਚਿਰ ਦੀ ਖੜੀ ਆ। 27 ਕਰਕੇ ਖੜੀ ਆ, 227 ਦੇ ਵਿੱਚ ਫਿਰ ਇਹਨਾਂ ਦੇ ਸਹਾਰਾ ਹੀ ਆ ਉਹ ਸਾਰਾ, ਇਹਨਾਂ ਨੂੰ ਹੁਣ ਹਾਂ ਆਪਣੇ ਬੀਜੇਪੀ ਨੂੰ, ਮੈਂ ਬੀਜੇਪੀ ਨੂੰ ਤਾਂ ਸਹਾਰਾ ਹੀ ਇਹਨਾਂ ਦਾ ਹੁਣ। ਗੱਲ ਪਤਾ ਕੀ ਹੈ, ਮੈਂ ਤਾਂ ਉਦਣ ਦਾ ਕਹਿ ਰਿਹਾ ਵੀ ਆਪਣੇ ਸਾਗ ਦੀ ਬਹੁਤ ਪ੍ਰੋਬਲਮ ਆ ਆਪਣੇ ਲੋਕਾਂ ਦੇ ਵਿੱਚ, ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਦਣ ਕਹਿੰਦੇ ਦੇਖਿਆ, ਕਹਿੰਦੇ ਕੌਮ ਸਾਰਾ ਪੰਥ ਇਕੱਠਾ ਹੋ ਗਿਆ। ਮੈਂ ਕਿਹਾ ਦੁਰ ਫਿਟੇ ਮੂੰਹ, ਤੁਹਾਡੇ ਪੰਥ ਦੀਆਂ ਮੈਂ ਵੀਆਈਪੀ ਦੀਆਂ ਕੁਰਸੀਆਂ ਲੱਗ ਲਵਾਈਆਂ ਹੋਈਆਂ ਸੀਗੀਆਂ ਤੇ ਦੂਜੇ ਬੰਦੇ ਦੀ ਲੱਗ ਲਵਾਈਆਂ ਸੀਗੀਆਂ, ਜੇ ਪੰਥ ਇਕੱਠਾ ਕਰਨੇ ਵੀਆਈਪੀ ਕਰਨ ਦੀ ਕੀ ਲੋੜ ਸੀ? ਬਿਲਕੁਲ ਬਿਲਕੁਲ। ਨਾਲੇ ਇੱਕ ਗੱਲ ਦੱਸੋ ਯਾਰ, ਪੰਥਕ ਇਕੱਠ ਸੀਗਾ, ਪੰਥ ਦਾ ਮਾਲਕ ਕੌਣ ਆ? ਨਹੀਂ ਪਹਿਲਾਂ ਤਾਂ ਇਹ ਤਾਂ ਦੱਸੋ, ਪਹਿਲਾਂ ਇਹ ਤਾਂ ਕਲੀਅਰ ਕਰਨ ਵੀ ਰੱਖੜ ਪੁੰਨਿਆ ਤੇ ਹੀ ਕਿਉਂ ਰੱਖਿਆ ਉੱਥੇ ਪਹਿਲੇ ਇੱਕ ਪਾਸੇ ਤਾਂ ਇਹਨਾਂ ਦਾ ਜਿਹੜਾ ਸਟਾਰ ਪ੍ਰਚਾਰਕ ਆ ਇੱਕ ਪਾਸੇ, ਜਿਹੜਾ ਉਹ ਹੈਗਾ ਕੀ ਨਾਮ ਆ ਉਹਦਾ, ਚਮਕੌਰ 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 ਪਤਾ ਨਹੀਂ ਕੀ ਨਾਮ ਆ, ਧੁੰਨ ਝੋਨਾ ਇੱਕ ਪਾਸੇ ਤਾਂ ਰੌਲਾ ਪਾਈ ਜਾਂਦਾ ਸੀ ਰੱਖੜ ਪੁੰਨਿਆ ਜਿਹੜੀ ਆ, ਰੱਖੜੀ ਸਿੱਖਾਂ ਦਾ ਤਿਉਹਾਰ ਨੀ, ਭੈਣ ਭਰਾ ਲੜ ਪੈਂਦੇ, ਫਲਾਣਾ ਟਮਕਾਣਾ, ਫਿਰ ਤੁਸੀਂ ਰੱਖੜ ਪੁੰਨਿਆ ਤੇ ਆਪਣਾ ਮੇਲਾ ਰੱਖ ਲਿਆ? ਬਿਲਕੁਲ ਉਹ ਨਹੀਂ ਇਹ ਆਪ ਨੂੰ ਨਹੀਂ ਪਤਾ ਭੰਗ ਖਾ ਕੇ ਸਮਝਣ ਦੀ ਕੋਸ਼ਿਸ਼ ਕਰੋ, ਪਿਛਲੇ ਸਾਲ ਦਾ ਇਕੱਠ ਕੱਢ ਲਿਓ 2022 ਦਾ 2021 ਦਾ, ਉੱਥੇ ਰੱਖੜ ਪੁੰਨਿਆ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪੱਕਾ ਇਕੱਠ ਹੁੰਦਾ। ਬਿਲਕੁਲ ਹੁੰਦਾ ਜੀ, ਬਿਲਕੁਲ ਇਹਨਾਂ ਨੇ ਸੋਚਿਆ ਕਿ ਉਹਦਾ ਪਤਾ ਨਹੀਂ ਲੋਕ ਆਣ ਕੇ ਨਾ ਆਣ, ਰੱਖੜ ਪੁੰਨਿਆ ਤੇ ਲੱਖ 2 ਲੱਖ ਬੰਦੇ ਦਾ ਇਕੱਠ ਹੁੰਦਾ, ਅਸੀਂ ਉਸ ਇਕੱਠ ਨੂੰ ਦੇਖੋ ਉਹ ਹੋਇਆ ਨਹੀਂ। ਇਹਨੇ ਦੋਨੇ ਐਮਪੀਆਂ ਨੂੰ ਆਪਣੇ ਘੱਟੋ ਘੱਟ 8 ਲੱਖ ਦੇ ਕਰੀਬ ਵੋਟ ਪਈ ਆ, 8 ਲੱਖ ਦਾ 10% ਹੁੰਦਾ 80,000, 80,000 ਬੰਦਾ ਵੀ ਨਹੀਂ ਸੀਗਾ ਬਾਈ ਉੱਥੇ, 8,000 ਬੰਦਾ ਨਹੀਂ ਸੀ, 80,000 ਲੱਭਦਾ ਯਾਰ। ਉਹੀ ਕਹਿ ਰਿਹਾ 10ਵਾਂ ਹਿੱਸਾ ਵੀ ਨਹੀਂ ਸੀਗਾ 8 ਲੱਖ ਦਾ, ਇਹ ਕਹਿੰਦੇ 4-4 ਲੱਖ ਵੋਟਾਂ ਪਈਆਂ ਸਾਡੇ ਦੋਨੇ ਐਮਪੀਆਂ ਨੂੰ। ਖੁਸ਼ਖਬਰੀ ਦਵਾਂ ਭੇਡਾਂ ਨੂੰ, ਭੇਡਾਂ ਨੂੰ ਇੱਕ ਖੁਸ਼ਖਬਰੀ ਦਵਾਂ, ਸਭ ਤੋਂ ਪਹਿਲਾਂ ਭੇਡਾਂ ਨੇ ਬੜੀ ਰੌਲੀ ਪਾਈ ਸੀ, ਦੁਆਬੀ ਦਾ ਕੇਸ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ। ਭੇਡਾਂ ਇੰਨੀਆਂ ਕਨਪੜ ਨੇ ਤੇ ਇੰਨੀਆਂ ਕੱਕਲੋ ਥੋਥੀਆਂ ਨੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਪਟੀਸ਼ਨ ਲੱਗੀ ਹਾਈ ਕੋਰਟ 'ਚ ਉਹ ਸੁਪਰੀਮ ਕੋਰਟ ਕਿਵੇਂ ਰਿਜੈਕਟ ਕਰੂ, ਹਨਾ। ਪਰ ਚਲੋ ਹੁਣ ਭੇਡਾਂ ਨੂੰ ਇੱਕ ਖੁਸ਼ਖਬਰੀ ਦੇ ਦਾਂ, ਸਾਗ ਵਾਲੀ ਪ੍ਰੋਬਲਮ ਮੈਂ ਹੁਣੇ ਹਾਈ ਕੋਰਟ ਤੋਂ ਹੀ ਆ ਰਿਹਾ, ਆਪਣੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਐਕਸੈਪਟ ਹੋ ਗਈ ਆ। ਓ ਵੱਲੇ, ਮੁਬਾਰਕਾਂ ਬਾਈ, ਮੁਬਾਰਕਾਂ ਮੁਬਾਰਕਾਂ ਬਾਈ ਮੁਬਾਰਕਾਂ। ਤਾਂ ਹੀ ਮੈਂ ਕਿਹਾ ਇੰਜਣ ਕੁੱਟ ਮਹਿਕਮੇ ਵਾਲੇ ਕਿਵੇਂ ਹੁਣ ਇੰਜਣ ਕੁੱਟਾਂਗੇ। ਚਲੋ ਕੋਈ ਨਾ ਯਾਰ, ਫਿਰ ਵੀ ਪਤਾ ਮੈਂ ਤਾਂ ਫਿਰ ਵੀ ਕਿਤੇ ਨਾ ਕਿਤੇ ਨਰਮੀ ਵਰਤਦਾ ਨਾ ਵੀ ਚੱਲ ਠੀਕ ਆ ਵੀ ਭਾਈ, ਕਿਸੇ ਟਾਈਮ ਨਾਲ ਹੁੰਦੇ ਸੀਗੇ, ਗੱਲਾਂ ਬਾਤਾਂ ਚੱਲਦੀਆਂ ਸੀਗੀਆਂ, ਹੁਣ ਕੀ ਕਰੀਏ ਯਾਰ। ਹੁਣ ਗਲਤ ਆ ਤੁਹਾਨੂੰ ਗਲਤ ਹੀ ਕਹਾਂਗੇ, ਹੁਣ ਸਹੀ ਗੁਰੋ ਕਹਿ ਸਕਦੇ ਉਹਨਾਂ ਨੂੰ। ਰੱਖੜ ਪੁੰਨਿਆ ਵਾਲੇ ਦਿਨ ਦੀ ਗੱਲ ਆ, ਮੈਂ ਉੱਥੇ ਗਿਆ ਹੋਇਆ ਕਰਤਾਰਪੁਰ ਸਾਹਿਬ ਮੱਥਾ ਟੇਕਣ। ਅਸੀਂ ਸਾਡਾ ਇਹ ਹੁੰਦਾ ਵੀ ਅਸੀਂ ਰਾਤ ਨੂੰ ਚਲੇ ਜਾਈਦਾ, ਸਵੇਰੇ ਤੜਕੇ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੋਣਾ ਉਸ ਟਾਈਮ ਅਸੀਂ ਮੱਥਾ ਟੇਕ ਕੇ ਹਾਜ਼ਰੀ ਲਗਾ ਕੇ ਆ ਜਾਈਦਾ। ਇਹ ਬੰਦਾ, ਇਹ ਜਿਹੜੇ ਅੰਮ੍ਰਿਤਪਾਲ ਦੇ ਜਿਹੜੀਆਂ ਭੇਡਾਂ ਨੇ, ਇਹਨਾਂ ਦੇ ਹਾਲੋ ਹਾਲਾਤ ਇਹ ਨੇ, ਸਵੇਰੇ 4:30 ਵਜੇ ਦਾ ਟਾਈਮ, ਮੈਂ ਉੱਥੇ ਨਿਤਨੇਮ ਕਰਦਾ ਪਿਆ, ਇਹ ਬੰਦਾ ਮੈਨੂੰ ਵੀਡੀਓ ਕਾਲਾਂ ਕਰ ਰਿਹਾ। ਕਿਉਂ? ਕਿਉਂਕਿ ਇਹਨੇ ਗਾਲਾਂ ਕੱਢਣੀਆਂ, ਇਹਨਾਂ ਦਾ ਨਿਤਨੇਮ ਆ ਆ ਦੱਸੋ ਇਹਨਾਂ ਦਾ। ਮੈਂ ਇਹਨੂੰ ਕਿਹਾ ਵੀ, ਮੈਂ ਕਿਹਾ ਨਿਤਨੇਮ ਆ, ਤੂੰ ਰੱਬ ਦਾ ਨਾਮ ਲੈ ਲਾ, ਤੂੰ ਮਾੜਾ ਜਿਹਾ, ਗੁਰੂ ਸਾਹਿਬ ਨੇ ਸਿੱਖ ਨੂੰ ਹੁਕਮ ਕੀਤਾ ਨਿਤਨੇਮ ਦਾ, ਤੂੰ ਨਿਤਨੇਮ ਕਰ ਲਾ। ਪਰ ਨਾ, ਇਹਨੇ ਮੈਨੂੰ 4-5 ਕਾਲਾਂ ਕੀਤੀਆਂ। ਇਹਨਾਂ ਦਾ ਨਿਤਨੇਮ ਇਹੀ ਆ, ਲੋਕਾਂ ਦੇ ਨਾਲ ਗਾਲੋ ਗਾਲੀ ਹੋਣਾ, ਲੋਕਾਂ ਦੇ ਨਾਲ ਬਹਿਸ ਕਰਨੀ। ਇਹ 19 ਤਰੀਕ ਸਵੇਰੇ 4:43 ਤੇ ਵੀਡੀਓ ਕਾਲ ਕੀਤੀ ਹੈ ਇਹਨੇ ਮੈਨੂੰ। ਬਾਹਰਲਾ ਨੰਬਰ, ਬਾਹਰਲਾ
ਪਿੱਛੇ ਜਿਹੜਾ ਮੈਂ ਆਡੀਓ ਵੀ ਭੇਜ ਰਿਹਾ ਉਹਦੇ ਵੀ ਪਿੱਛੇ ਪਾਠ ਦੀ ਆਵਾਜ਼ ਆ ਰਹੀ ਹੈ, ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸੀ। ਬਿਲਕੁਲ ਨੰਬਰ ਪੰਜਾਬ ਦਾ ਵਾ, ਨੰਬਰ ਤਾਂ ਦੇਣਾ ਹੀ ਨਹੀਂ ਨਾ ਇਹਨਾਂ ਨੇ, ਨੰਬਰ ਕਾਹਦੇ ਤੇ ਆ ਰਹੀ ਹੈ? ਚਾੜ ਦੋ ਬਾਈ ਨੈਟ ਤੇ, ਹੋਰ ਵੀ ਚਾੜੀਆਂ ਨੇ ਅੱਗੇ ਵੀ ਤਾਂ, ਚਾੜ ਦੋ ਜੋ ਕਰਨੀ ਚਾੜ ਦੋ, ਚਾੜ ਦੋ। ਮੈਂ ਕਿਹਾ ਚਾੜ ਜਿਵੇਂ ਜਿਵੇਂ ਉਹ ਚੰਬਲ ਦੇ ਸਸਤੇ ਗੁੰਡੇ ਜਾਂ ਗਲੀਆਂ ਦੇ ਸਸਤੇ ਬਦਮਾਸ਼ ਨੀ ਕਰਦੇ ਹੁੰਦੇ ਵੀ ਕਿਸੇ ਦਾ ਕਿਸੇ ਦੀ ਕੁੜੀ ਚੱਕ ਲਈ, ਕਿਸੇ ਦਾ ਜਵਾਕ ਚੱਕ ਲਿਆ ਵੀ ਤੂੰ ਉਹਨੂੰ ਧਮਕਾ ਲਿਆ, ਇਹਨਾਂ ਦਾ ਉਹ ਹੱਲੋ ਹਾਲਾਤ ਨੇ। ਚਲੋ ਤੁਹਾਡੇ ਜਵਾਕਾਂ ਤੱਕ, ਸਾਡੇ ਜਵਾਕਾਂ ਤੱਕ ਨਹੀਂ ਪਹੁੰਚ ਸਕਦੇ ਇਹ, ਪਰ ਸਾਡੇ ਜਵਾਕਾਂ ਦੀ ਫੋਟੋਆਂ ਦੇ ਕਿਡਨੈਪਿੰਗ, ਇਹ ਫੋਟੋਆਂ ਦੀ ਕਿਡਨੈਪਿੰਗ ਹੀ ਆ। ਹਾਂ ਮੇਰੀ ਨਹੀਂ ਇਹਨਾਂ ਨੇ ਮੇਰੀ ਬੱਚੇ ਦੀ, ਮੈਂ ਰੋਮੀ ਬਾਈ ਨੂੰ ਭੇਜੀ ਸੀ ਮੇਲ, ਮੇਰੇ ਬੱਚੇ ਦਾ 7 ਸਾਲ ਦਾ ਲਿਖਿਆ ਸੀ ਕਿ ਤੇਰੇ ਬੱਚੇ ਨੂੰ ਅਸੀਂ ਕਿਡਨੈਪ ਕਰਾਂਗੇ, ਫਿਰ ਇਹਨੇ ਮੇਰੇ ਬੱਚੇ ਦੀ ਫੋਟੋ ਲਾਈ ਮੇਰੀ ਵਾਈਫ ਦੇ ਨਾਲ ਲਾ ਕੇ ਤੇ ਬਹੁਤ ਗਲਤ ਸ਼ਬਦ ਲਿਖੇ ਸੀਗੇ। ਹਾਂ ਉਹ ਯਾਰ ਉਹ ਗੱਲ ਪਤਾ ਕੀ ਆ, ਦੇਖੋ ਹਰੇਕ ਚੀਜ਼ ਦਾ ਗੱਲ ਕਰਨ ਦਾ ਢੰਗ ਹੋਣਾ ਚਾਹੀਦਾ। ਅਸੀਂ ਜਦ ਕਿਸੇ ਫੈਮਿਲੀ ਦੀਆਂ ਫੋਟੋਆਂ ਅਸੀਂ ਸ਼ੁਰੂਆਤ ਨਹੀਂ ਕੀਤੀ ਸੀਗੀ, ਇਹ ਸ਼ੁਰੂਆਤ ਸਮਝਦੇ ਗੱਲ, ਤੇ ਇਹਨਾਂ ਦਾ ਕੋਈ ਬੰਦਾ ਸਵਾਲ ਪੁੱਛ, ਦੇਖੋ ਲੜ ਕਿਹੜੇ ਬੰਦੇ ਰਹੇ ਨੇ ਜਿਹਨਾਂ ਦਾ ਪਤਾ ਹੀ ਨਹੀਂ ਕਿਸੇ ਨੂੰ ਕਿਸੇ ਚੀਜ਼ ਦਾ ਵੀ ਬੰਦੇ ਹੈ ਕੌਣ ਨੇ, ਜਵਾਬ ਕਿਹੜੇ ਬੰਦੇ ਦੇ ਰਹੇ ਨੇ ਜਿਹਨਾਂ ਨੂੰ ਇਹ ਨੀ ਪਤਾ ਵੀ ਅੰਮ੍ਰਿਤਪਾਲ ਕੌਣ ਆ, ਕਿੱਥੋਂ ਆਇਆ ਜਾਂ ਕੀ ਆ, ਕੀ ਗੱਲਬਾਤ ਆ। ਅੱਜ ਸਵੇਰੇ ਮੇਰੀ ਇੱਕ ਬੰਦੇ ਨਾਲ ਕਾਲ ਹੋਈ ਸੀਗੀ, ਉੱਥੇ ਯੂਕੇ ਦਾ ਕੋਈ ਮੁੰਡਾ ਸੀਗਾ, ਉਹਦੇ ਨਾਲ ਗੱਲਬਾਤ ਹੁੰਦੀ ਹੁੰਦੀ, ਮੈਨੂੰ ਕਹਿੰਦਾ ਬਾਈ ਕਹਿੰਦਾ ਤੁਸੀਂ ਕਹਿੰਦਾ ਛੱਡੋ ਪਰ, ਕਹਿੰਦਾ ਕਾਹਨੂੰ ਯਾਰ, ਉਹ ਫਿਰ ਵੀ ਆਪਣਾ ਬੰਦਾ, ਆਪਣਾ ਸਿੱਖ ਭਾਈ ਆ। ਮੈਂ ਕਿਹਾ ਅਸੀਂ ਸਿਰਫ ਉਹਨੂੰ ਸਵਾਲ ਪੁੱਛਦੇ, ਉਹਦੇ ਗੋਲੀ ਨੀ ਮਾਰਦੇ ਅਸੀਂ। ਮੈਂ ਕਿਹਾ ਇਹ ਬੰਦੇ ਸਟੇਜਾਂ ਤੇ ਆ ਕੇ ਸ਼ਰੇਆਮ ਚੈਲੰਜ ਕਰਦੇ ਨੇ ਵੀ ਭਾਈ ਅੰਮ੍ਰਿਤਪਾਲ ਨੇ ਬੜੇ ਬੜੇ ਪੱਤਰਕਾਰਾਂ ਦਾ ਮੂੰਹ ਬੰਦ ਕਰਾਤਾ, ਹੁਣ ਜਿਹੜੇ ਪੱਤਰਕਾਰ ਹੁੰਦੇ ਨੇ ਜਵਾਬ ਨਹੀਂ ਦਿੱਤੇ ਜਾਂਦੇ। ਉਹੀ ਤਾਂ ਮੈਂ ਗੱਲ ਆ ਵੀ ਜਿਹੜੇ ਪੱਤਰਕਾਰਾਂ ਦੀ ਇਹ ਗੱਲ ਕਰਦੇ ਨੇ ਵੀ ਭਾਈ ਬੰਦੇ ਜਿੰਨੇ ਵੀ, ਹੁਣ ਦਿਖਾਓ ਮੈਨੂੰ ਇੱਕ ਵੀ ਕੋਈ ਇੰਟਰਵਿਊ ਚੱਕ ਕੇ ਲਿਖਾ ਲਿਆ ਵੀ ਭਾਈ ਜਿਹਦੇ ਵਿੱਚ ਕਦੇ ਵੀ ਇੰਟਰਵਿਊ ਲਾਈਵ ਦੇ ਵਿੱਚ ਦਿਖਾਈ ਗਈ ਹੋਵੇ। ਉਹ ਜਿਹੜੇ ਮਰਜ਼ੀ ਪੱਤਰਕਾਰ ਨੂੰ ਬੁਰਕੀ ਪਾ ਕੇ ਮੂੰਹ ਬੰਦ ਕਰਾ ਲਓ ਯਾਰ, ਕੀ ਫਰਕ ਪੈਂਦਾ? ਬਿਲਕੁਲ ਪਟਿਆਲ ਵਰਗਾ ਬੰਦਾ ਆ ਕੇ ਜਿਹਨੇ ਲਾਰੈਂਸ ਬਿਸ਼ਨੋਈ ਦਾ ਵੀ ਇੰਟਰਵਿਊ ਕੀਤਾ ਸੀਗਾ, ਉਹ ਆ ਕੇ ਬੰਦਾ ਇਹਨੂੰ ਸਵਾਲ ਪੁੱਛ ਰਿਹਾ ਵੀ ਤੁਸੀਂ ਦੂਜਾ ਬਗਰਾੜੀ ਕਰਾਤਾ ਸੀਗਾ, ਬਿਲਕੁਲ ਹੋਇਆ ਉਹ ਕਰਾਤਾ ਦਾ ਮਤਲਬ ਕੀ ਆ, ਉਹ ਤਾਂ ਹੋਇਆ ਨਹੀਂ ਦੇ। ਬਿਲਕੁਲ ਬਿਲਕੁਲ ਉਹਦੇ ਜਵਾਬ ਨਹੀਂ ਆਣੇ ਨਾ। ਹਾਂ ਜਾਂ ਤਾਂ ਦੱਸੋ ਵੀ ਭਾਈ ਉੱਥੇ ਬੇਅਦਬੀ ਨਹੀਂ ਹੋਏਗੀ, ਅਸੀਂ ਤਾਂ ਕਹਿੰਦੇ ਹਾਂ ਵੀ ਅਸੀਂ ਪ੍ਰੂਫ ਵੀ ਨਾਲ ਦਿੰਦੇ ਹਾਂ। ਆਹ ਜਿਹੜਾ ਮੈਂ ਇਹੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਇਹਨੇ ਬੰਦੇ ਨੇ ਆਪਣੇ ਦਾਦੂ ਵਾਲੇ ਨੇ ਆਪਣੇ ਬਿਆਨ ਦਿੱਤਾ ਨਾ, ਇਹ ਗੁਰਦੀਪ ਭਾਈ ਗੁਰਦੀਪ ਸਿੰਘ ਖੇੜੇ ਦੀ ਗੱਲ ਕਰਦਾ ਹੈ, ਇਹਨੂੰ ਪੁੱਛੋ ਵੀ ਆਪ ਟੱਟੂ ਮੈਂ ਕਿਵੇਂ ਮੰਗੂ, ਇਹਨੇ ਕੋਈ ਜਗ੍ਹਾ ਛੱਡੀ ਜਿਹਦੇ ਨਾ ਗਿਆ ਹੋਵੇ, ਮੋਰਚਾ ਵੀ ਵੇਚਿਆ ਭਾਈ ਨਹੀਂ, ਇਹ ਕੌਣ ਨੀ ਜਾਣਦਾ ਇਹਨਾਂ ਨੂੰ ਤੇ ਕੌਣ ਨੀ ਜਾਣਦਾ ਇਹਨਾਂ ਦੀਆਂ ਕਰਤੂਤਾਂ। ਆ ਲੋ ਉਹ ਬਾਈ ਸਹੀ ਗੱਲ ਆ ਬਾਈ, ਇਹੀ ਤਾਂ ਚੀਜ਼ ਆ, ਭਾਜਪਾ ਦੀ ਸਟੇਜ ਤੇ ਖੜ ਕੇ ਇੱਕ ਇਹ ਹੋ ਗਿਆ, ਇੱਕ ਇਹਨਾਂ ਦਾ ਰਾਜਦੇਵ ਸਿੰਘ ਖਾਲਸਾ ਹੋ ਗਿਆ। ਰਾਜਦੇਵ ਸਿੰਘ ਖਾਲਸਾ ਜਿਹੜਾ ਕਹਿੰਦਾ ਸੀ ਸਿਰਫ ਬੀਜੇਪੀ ਆ ਜਿਹੜੀ ਸਿੱਖਾਂ ਦਾ ਭਲਾ ਕਰ ਸਕਦੀ ਹੈ, ਰਾਜਦੇਵ ਸਿੰਘ ਖਾਲਸਾ ਦਾ ਬਿਆਨ ਆ ਮੋਦੀ ਦਾ, ਅੱਜ ਮੋਦੀ ਨੇ ਇਹਦੇ ਤੇ ਹੀ ਕਰਦੇ ਆ ਗੱਲ, ਅੱਜ ਇਹਦੇ ਤੇ ਹੀ ਕਰਦੇ ਆ। ਸਾਰੇ ਵੀਰ ਜਿੰਨੇ ਵੀ ਦੇਖ ਰਹੇ ਨੇ ਬਾਈ, ਸਾਰਿਆਂ ਨੂੰ ਮੈਂਸ਼ਨ ਕਰ ਦੋ, ਅੱਜ ਇਹਨਾਂ ਦਾ ਨਾ ਭਾਜਪਾ ਵਾਲਾ ਜਿਹੜਾ ਇਹਨਾਂ ਨੇ ਬੁਰਕਾ ਪਾਇਆ ਨਾ, ਇਹਨਾਂ ਦਾ ਬੁਰਕਾ ਉਧੇੜਦੇ ਆ
ਇਹਨੇ ਦਾਦੂਵਾਲ ਨੇ ਨਾ ਭਾਈ ਗੁਰਦੀਪ ਸਿੰਘ ਖੈੜਾ, ਉਹ ਯਾਰ ਤੂੰ ਬੰਦਾ ਦਾਦੂਵਾਲ ਜਥੇਦਾਰ ਤਾਂ ਮੈਂ ਤੈਨੂੰ ਕਹਿਣਾ ਨੀ ਭਰਾ, ਭਰਾਵਾ ਬਰਗਾੜੀ ਮੋਰਚੇ ਚ ਕੀ ਕੁਛ ਹੋਇਆ ਤੇ ਕੀ ਕੁਛ ਨਹੀਂ ਹੋਇਆ, ਤੇ ਉਸ ਤੋਂ ਬਾਅਦ ਕਿਹਨੂੰ ਕਿਹਨੂੰ ਜਥੇਦਾਰੀਆਂ ਮਿਲੀਆਂ ਤੇ ਕਿਵੇਂ ਕਿਵੇਂ ਮਿਲੀਆਂ ਕਿਹਨੂੰ ਨੀ ਪਤਾ ਹੈਗਾ। ਬਿਲਕੁਲ ਸਹੀ। ਤੁਸੀਂ ਉਸ ਬੰਦੇ ਨੂੰ ਤੁਸੀਂ ਟਿੱਚਰਾਂ ਮਾਰਦੇ ਹੋ ਜਿਹਨੇ 32 ਸਾਲ, 32 ਸਾਲ ਉਹਨੇ ਜਥੇਦਾਰੀ ਨੀ ਹਟਾਈ, 32 ਸਾਲ ਉਹਨੇ ਜੇਲ੍ਹ ਹਟਾਈ ਆ। ਬਿਲਕੁਲ ਠੀਕ ਆ। ਤੇ ਇਹ ਬਿਆਨ ਪਤਾ ਕੀ ਕਰਦਾ, ਆਹ ਸੁਣੋ ਇਹਦਾ। ਕਹਿੰਦਾ ਖੈੜਾ ਸਿਆਣਾ ਹੋ ਗਿਆ ਕਿ ਖਡੂਰ ਸਾਹਿਬ ਦਾ 4 ਲੱਖ ਵੋਟਰ ਸਿਆਣਾ ਹੋ ਗਿਆ, ਉਹ ਫਿਰ ਤਾਂ 92 MP MLA ਵਾਲੇ ਵੀ ਸਿਆਣੇ ਹੋ ਗਏ, ਉਹਨਾਂ ਨੂੰ ਵੀ ਤਾਂ ਵੋਟਾਂ ਪਾ ਕੇ ਜਿਤਾਇਆ ਲੋਕਾਂ ਨੇ। ਅੱਠ MP ਕਾਂਗਰਸ ਦੇ ਬਣ ਕੇ ਫਿਰ ਉਹ ਵੀ ਸਹੀ ਹੋ ਗਏ ਬਈ, ਫਿਰ ਉਹਨਾਂ ਨੂੰ ਵੀ ਸਰੋਪੇ ਪਾ ਲਓ। 7 ਪੰਜਾਬ ਦੇ, 8ਵਾਂ ਚੰਡੀਗੜ੍ਹ ਦਾ, ਫਿਰ ਤਾਂ 8 ਜਿਹੜੇ ਕਾਂਗਰਸ ਦੇ ਬਣੇ ਜੂਨ ਦੇ ਮਹੀਨੇ ਉਹ ਵੀ ਸਹੀ ਹੋ ਗਏ ਫਿਰ ਤਾਂ। ਅੱਗੇ ਸੁਣੋ, ਖਡੂਰ ਸਾਹਿਬ ਦਾ 4 ਲੱਖ ਵੋਟਰ ਸਿਆਣਾ ਹੋ ਗਿਆ, 4 ਲੱਖ ਵੋਟਰਾਂ ਨੇ ਬਹੁਮਤ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ। ਸਾਰੇ ਪੰਥ ਨੇ ਕਿਹਾ ਦੇਸ਼ ਵਿਦੇਸ਼ ਦੇ ਵਿੱਚੋਂ ਕਿ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ, ਉਹ ਇੱਕ ਬੇਕਸੂਰ ਸਿੱਖ ਡਿਬਰੂਗੜ੍ਹ ਜੇਲ੍ਹ ਚ ਬੰਦ ਕਰਤਾ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ। ਸਾਰੇ ਪੰਥ ਨੇ ਹੁਣ ਉਹ ਲੋਕਾਂ ਨੇ ਜਿਹਨਾਂ ਨੇ ਫਤਵਾ ਦਿੱਤਾ ਉਹ ਸਿਆਣੇ ਆ ਕਿ ਖੈੜਾ ਸਿਆਣਾ। ਭਾਬੀ ਇੱਥੇ ਇੱਕ ਚੀਜ਼ ਹੋਰ ਕਲੀਅਰ ਕਰਿਆ ਕਰੋ, ਆਪਣੇ ਅਨਪੜ੍ਹ ਭੇਡੂਆਂ ਨੂੰ ਪਤਾ ਨੀ ਲੱਗਦਾ ਵੀ ਇਹ ਕਹਿੰਦਾ ਕੀ ਹੈ। ਜਿਹੜੀ ਹੈ ਨਾ NSA ਇਕੱਲੇ ਵੀ ਸਟੇਟ ਗੌਰਮੈਂਟ ਪਿੱਛੇ ਨੀ ਲੱਗਦੀ, ਪਿੱਛੇ ਹੁਕਮ ਆਉਂਦਾ ਸੈਂਟਰ ਵੱਲੀ, ਉਹ ਗਾਹਾਂ ਵੱਧਦੀ ਹੈ ਤਾਂ ਲੱਗਦੀ NSA। ਇਹ ਫੁੱਦੂਆਂ ਨੂੰ ਇਹੀ ਲੋਕ ਵਿਚਾਈ ਜਾਂਦੇ ਵੀ ਭਗਵੰਤ ਮਾਨ ਗਲਤ ਆ, ਭਗਵੰਤ ਮਾਨ ਲਾ ਰਿਹਾ। ਭਗਵੰਤ ਮਾਨ ਜਿਹੜੀ ਉਹ ਬੰਦਾ ਸਿਆਣਪ ਵਰਤ ਗਿਆ ਨਾ, ਜਿੱਦਣ ਆਪਣੇ ਅਜਨਾਲਾ ਕਾਂਡ ਹੋਏ ਸੀ ਉਹਨੇ ਬੰਦਾ ਜੇ ਹੁਕਮ ਗੁਰਚ ਲਾਉਣ ਦਾ ਕੋਈ ਵੀ ਚੀਜ਼ ਦਾ ਨਾ, ਉੱਥੋਂ ਬਹੁਤ ਬੜਾ ਨੁਕਸਾਨ ਹੋਣਾ ਸੀ ਆਪਣੇ ਸਿੱਖਾਂ ਦਾ। ਦੂਜਾ ਜੇ ਅਮਿਤ ਸ਼ਾਹ ਚ ਦਮ ਹੈਗਾ, ਅਮਿਤ ਸ਼ਾਹ ਜ਼ਰੂਰਤ ਰੱਖਦਾ, ਫਿਰ ਆ ਜਾਵੇ ਸਾਡੇ ਤੋਂ ਈਨ ਮਨਵਾ ਕੇ ਦਿਖਾ ਦੇਵੇ। ਇਹਨੇ ਇਸ ਤਰੀਕੇ ਨਾਲ ਬਕਵਾਸ ਮਾਰੀ।